ਐਂਟੀਸਪੇਟਰੀ ਬ੍ਰੀਚ ਆਫ ਕੰਟਰੈਕਟ ਪਤਾ ਲੱਗ ਗਿਆ ਸਭ ਨੂੰ ਕਿ ਜਦੋਂ ਅਸੀਂ ਆਪਣੇ ਵੱਲੋਂ ਰਿਫਿਊਜ਼ ਕਰ ਦਿੰਦੇ ਹਾਂ। ਨੈਕਸਟ ਹੈਗਾ ਆਪਣਾ ਐਕਚੁਅਲ ਬ੍ਰੀਚ ਆਫ ਕੰਟਰੈਕਟ। ਐਕਚੁਅਲ ਬ੍ਰੀਚ ਆਫ ਕੰਟਰੈਕਟ ਮੀਨਸ ਦ ਐਕਚੁਅਲ ਬ੍ਰੀਚ ਕੈਨ ਅਕਰ ਬਾਏ ਫੇਲੀਅਰ ਟੂ ਪਰਫੋਰਮ ਐਜ ਪ੍ਰੋਮਿਸਡ ਮੇਕਿੰਗ ਇਟ ਇਮਪੋਸੀਬਲ ਫੋਰ ਦ ਅਦਰ ਪਾਰਟੀ ਟੂ ਪਰਫੋਰਮ। ਫਸਟ ਪਾਰਟ ਹੈਗਾ ਕਿ ਅਸੀਂ ਫੇਲੀਅਰ ਟੂ ਪਰਫੋਰਮ ਐਜ ਪ੍ਰੋਮਿਸ ਕਿ ਅਸੀਂ ਪ੍ਰੋਮਿਸ ਕੀਤਾ ਸੀ ਅਸੀਂ ਫੇਲੀਅਰ ਹੋ ਗਏ ਉਹਨੂੰ ਪਰਫੋਰਮ ਕਰਨ ਦੇ ਵਿੱਚ। ਸੈਕਿੰਡ ਹੈਗਾ ਮੇਕਿੰਗ ਇਟ ਇਮਪੋਸੀਬਲ ਫੋਰ ਦ ਅਦਰ ਪਾਰਟੀ ਟੂ ਪਰਫੋਰਮ। ਦੂਸਰਾ ਪਾਰਟ ਕੀ ਹੈ ਕਿ ਜਦੋਂ ਅਦਰ ਪਾਰਟੀ ਕੋਈ ਹੋਰ ਪਾਰਟੀ ਪਰਫੋਰਮ ਕਰਨ ਦੇ ਵਿੱਚ ਕੀ ਹੋ ਜਾਂਦੀ ਆ ਨਾ ਕਾਮਯਾਬ ਹੋ ਜਾਂਦੀ ਆ ਤਾਂ ਉਸ ਕੇਸ ਦੇ ਸਾਡਾ ਕੰਟਰੈਕਟ ਕੀ ਮੰਨਿਆ ਜਾਣਾ ਵਾ ਡਿਸਚਾਰਜ। ਬ੍ਰੀਚ ਡਿਊਰਿੰਗ ਦ ਕੰਟਰੈਕਟ ਆਫ ਪਰਫੋਰਮੈਂਸ ਆਫ ਕੰਟਰੈਕਟ ਦਾ ਐਕਚੁਅਲ ਬ੍ਰੀਚ ਆਫ ਕੰਟਰੈਕਟ ਆਲਸੋ ਅਕਰ ਵੈਨ ਡਿਊਰਿੰਗ ਦ ਪਰਫੋਰਮੈਂਸ ਆਫ ਕੰਟਰੈਕਟ ਵਨ ਪਾਰਟੀ ਫੇਲਸ ਔਰ ਰਿਫਿਊਜ਼ ਟੂ ਪਰਫੋਰਮ ਇਸ ਓਬਲੀਗੇਸ਼ਨ। ਸੇਮ ਉਹੀ ਪੁਆਇੰਟ ਲਿਖਿਆ ਹੈ ਕਿ ਜਦੋਂ ਬ੍ਰੀਚ ਹੁੰਦਾ ਕੰਟਰੈਕਟ ਤਾਂ ਕਿਸ ਕਿਸ ਵੇ ਨਾਲ ਹੁੰਦਾ ਕਿ ਜਦੋਂ ਅਸੀਂ ਕੀ ਕਰਦੇ ਹਾਂ ਮਨਾ ਕਰ ਦਿੰਦੇ ਹਾਂ ਮਰਜਰ ਕਰ ਲੈਂਦੇ ਹਾਂ ਸਭ ਕੁਛ ਤੁਸੀਂ ਐਂਡ ਤੇ ਕੰਕਲੂਜਨ ਦੇਣਾ ਕਿ ਸਾਡਾ ਕੰਟਰੈਕਟ ਆ ਕਿਉਂ ਕਿਉਂ ਬ੍ਰੀਚ ਹੋ ਰਿਹਾ ਵਾ। ਸਮਝ ਲੱਗੀ ਜੀ ਸਭ ਨੂੰ ਹਾਓ ਆ ਕੰਟਰੈਕਟ ਇਜ਼ ਬ੍ਰੀਚਡ ਮਾਈ ਮੇਕਿੰਗ ਪਰਫੋਰਮੈਂਸ ਇੰਪੋਸੀਬਲ। ਕਹਿੰਦੇ ਕੰਟਰੈਕਟ ਕਿਵੇਂ ਬ੍ਰੀਚ ਹੋ ਸਕਦਾ ਜਦੋਂ ਸਾਡੀ ਪਰਫੋਰਮੈਂਸ ਇੰਪੋਸੀਬਲ ਹੋਵੇ। ਪਰਫੋਰਮੈਂਸ ਇੰਪੋਸੀਬਲ ਦੇ ਵਿੱਚ ਆਪਾਂ ਕੀ ਪੜਿਆ ਸੀ ਕਿ ਜਦੋਂ ਏ ਨੇ ਬੀ ਨੂੰ ਕਿਹਾ ਸੀਗਾ ਕਿ ਮੈਂ ਤੈਨੂੰ 50,000 ਪੇ ਕਰੂੰਗਾ ਜੇ ਤੂੰ ਆਪਣਾ ਹਾਰਸ ਰਾਈਡ ਕਰੇ ਇਨ ਔਨ ਦਾ ਮੂਨ ਤਾਂ ਉਹ ਕੀ ਸੀਗਾ ਇੰਪੋਸੀਬਲ ਸੀਗਾ ਪਰਫੋਰਮੈਂਸ। ਤੁਸੀਂ ਇੱਥੇ ਉਹ ਐਗਜ਼ਾਮਪਲ ਦੇ ਕੇ ਸਾਰਾ ਦੱਸ ਸਕਦੇ ਹੋ ਕਿ ਸਾਡਾ ਕੰਟਰੈਕਟ ਇਸ ਕੇਸ ਦੇ ਵਿੱਚ ਬ੍ਰੀਚ ਮੰਨਿਆ ਜਾਣਾ। ਬਟ ਇੱਕ ਹੋਰ ਐਗਜ਼ਾਮਪਲ ਦਿੱਤੇ ਇਹਦੇ ਵਿੱਚ ਕੀ ਲਿਖ ਦਿੱਤਾ ਹੋਇਆ ਕਿ ਇੱਕ ਪਰਸਨ ਆ ਉਹਨੇ ਕਿਹਾ ਹਾਊਸ ਕਲੀਨ ਕਰਨ ਵਾਲਿਆਂ ਨੂੰ ਕਿ ਸੈਟਰਡੇ ਨੂੰ ਤੁਸੀਂ ਹਾਊਸ ਕਲੀਨ ਕਰਿਓ ਕਿ ਮੈਂ ਤੁਹਾਨੂੰ 500 rupees ਪੇ ਕਰੂੰਗਾ। ਬਟ ਉਹਨੂੰ ਸੈਟਰਡੇ ਨੂੰ ਕੋਈ ਕੰਮ ਪੈ ਗਿਆ ਤਾਂ ਉਸ ਕੇਸ ਦੇ ਵਿੱਚ ਫਿਰ ਸਾਡਾ ਕੰਟਰੈਕਟ ਬ੍ਰੀਚ ਮੰਨਿਆ ਜਾਣਾ ਕਿਉਂ ਜਦੋਂ ਘਰੇ ਹੀ ਨਹੀਂ ਹੈਗਾ ਫਿਰ ਸਫਾਈ ਕਿੱਥੇ ਕਰਨਗੇ। ਸੈਟਰਡੇ ਦਾ ਮੇਨ ਟਾਈਮ ਕਿਹਾ ਉਹਨਾਂ ਨੇ ਹਾਂਜੀ ਰਾਜੇ ਬ੍ਰੀਚ ਹੋ ਜਾਣਾ ਕੰਟਰੈਕਟ ਬਟ ਕੀ ਆ ਉਹਨੂੰ ਪੇਮੈਂਟ ਕਰਨੀ ਪੈਣੀ ਆ ਪਰਸਨ ਨੂੰ ਕਿਉਂਕਿ ਜਿਹੜੇ ਅਥਾਰਿਟੀ ਆ ਕਲੀਨ ਹਾਊਸ ਕਰਨ ਹਾਊਸ ਕਲੀਨ ਕਰਨ ਵਾਲੇ ਉਹਨਾਂ ਨੇ ਉਸ ਦਿਨ ਦਾ ਕੋਈ ਹੋਰ ਕੰਟਰੈਕਟ ਆਪਣਾ ਫਿਕਸ ਨਹੀਂ ਕੀਤਾ ਹੁੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਕੰਟਰੈਕਟ ਫਿਕਸ ਹੋਇਆ ਹੋਇਆ। ਜਦ ਉਹ ਐਟ ਅ ਟਾਈਮ ਆ ਕੇ ਮਨਾ ਕਰ ਦਿੰਦਾ ਤਾਂ ਇਹਦਾ ਮਤਲਬ ਕਿ ਉਹਨੂੰ ਪਹਿਲਾਂ ਪੇਮੈਂਟ ਕਰਨੀ ਪੈਣੀ ਆ ਜਿਹੜੀ ਉਹਨੇ ਫਿਕਸ ਕੀਤੀ ਸੀ। ਠੀਕ ਆ ਜੀ ਨੈਕਸਟ ਹੈਗਾ ਪਾਰਟਲ ਬ੍ਰੀਚ ਆਫ ਕੰਟਰੈਕਟ ਕਿ ਅਸੀਂ ਜਦੋਂ ਕੁਛ ਪਾਰਟ ਆ ਜਿਹੜਾ ਉਹ ਮਤਲਬ ਕਿ ਡਿਸੇਬਲ ਹੋ ਜਾਂਦਾ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਪਾਰਟ ਆ ਜਿਹੜਾ ਚੱਲ ਪਾਊਗਾ ਤਾਂ ਅਸੀਂ ਉਸ ਕੇਸ ਦੇ ਵਿੱਚ ਕੀ ਕਰ ਦਿੰਦੇ ਹਾਂ ਫਿਰ ਬ੍ਰੀਚ ਆਫ ਕੰਟਰੈਕਟ ਕਿ ਉਹ ਪਾਰਟ ਨੂੰ ਖਤਮ ਕਰ ਦਿੰਦੇ ਹਾਂ। ਵਟ ਇਜ਼ ਦਾ ਇਫੈਕਟ ਆਫ ਦ ਡੈਥ ਆਫ ਵਨ ਪਾਰਟੀ ਆਫ ਦਾ ਕੰਟਰੈਕਟ। ਹੁਣ ਤੁਸੀਂ ਦੱਸੋ ਕਿ ਮੈਨੂੰ ਕੀ ਇਫੈਕਟ ਪੈਂਦਾ ਵਾ ਇੱਕ ਪਾਰਟੀ ਦੀ ਡੈਥ ਹੋਣ ਦਾ ਕੰਟਰੈਕਟ ਤੇ। ਹਾਂਜੀ ਜਦੋਂ ਸਾਡੀ ਕੰਪਨੀ ਦਾ ਇੱਕ ਕੰਪਨੀ ਦੇ ਪਰਸਨ ਓਨਰ ਦੋ ਕੰਪਨੀ ਦੇ ਓਨਰ ਦੇ ਵਿੱਚ ਕੰਟਰੈਕਟ ਹੋਇਆ ਇੱਕ ਕੰਪਨੀ ਦੇ ਓਨਰ ਦੀ ਡੈਥ ਹੋ ਗਈ ਤਾਂ ਉਸ ਕੇਸ ਦੇ ਵਿੱਚ ਸਾਡਾ ਕੰਟਰੈਕਟ ਕੀ ਮੰਨਿਆ ਜਾਣਾ ਵਾ ਬ੍ਰੀਚ ਔਰ ਡਿਸਚਾਰਜ ਸੋਰੀ ਡਿਸਚਾਰਜ ਮੰਨਿਆ ਜਾਣਾ ਬ੍ਰੀਚ ਨਹੀਂ ਬ੍ਰੀਚ ਹੁੰਦਾ ਤੋੜਨਾ ਡਿਸਚਾਰਜ ਮੀਨਸ ਖਤਮ ਹੋ ਜਾਣਾ ਉਸ ਕੇਸ ਦੇ ਵਿੱਚ ਸਾਡਾ ਕੰਟਰੈਕਟ। ਇਹ ਜਿਹੜੇ ਤੁਹਾਡੇ ਕੋਲ ਇੱਥੇ ਤੱਕ ਤੁਹਾਡਾ ਚੈਪਟਰ ਕੰਪਲੀਟ ਹੁੰਦਾ ਵਾ ਡਿਸਚਾਰਜ ਆਫ ਕੰਟਰੈਕਟ।